ਅੱਗੇ ਵਧਦੇ ਹਾਂ। ਅੰਮ੍ਰਿਤਸਰ ਵਿੱਚ BSF ਦੀ 70 ਬਟਾਲੀਅਨ ਨੇ ਅਜਨਾਲਾ ਸੈਕਟਰ ਵਿੱਚੋਂ 2 ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਅਸਲੇ ਬਾਰੂਦ ਸਮੇਤ ਕਾਬੂ ਕੀਤਾ ਹੈ। ਦੋਸ਼ੀਆਂ ਕੋਲੋਂ 7.62 MM ਦੀਆਂ 4 ਪਿਸਤੌਲਾਂ ਅਤੇ 4 ਮੈਗਜ਼ੀਨ, 9 MM ਦੀ 1 ਪਿਸਤੌਲ ਅਤੇ 2 ਮੈਗਜ਼ੀਨ, 1 AK-47 ਅਤੇ 3 ਮੈਗਜ਼ੀਨ, 1 ਰਾਈਫਲ ਅਤੇ 2 ਮੈਗਜ਼ੀਨ ਅਤੇ 5 ਹੈਂਡ ਗ੍ਰੈਨੇਡ ਬਰਾਮਦ ਹੋਏ ਨੇ। ਗ੍ਰਿਫਤਾਰ ਕੀਤੇ ਗਏ ਦੋਵਾਂ ਦੋਸ਼ੀਆਂ ਦੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ। ਥਾਣਾ ਰਾਮਦਾਸ ਦੀ ਪੁਲਿਸ ਵੱਲੋਂ ਦੋਵਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।